ਜਾਣ ਕਿੱਥਾਂ ਗੁਜ਼ਾਰੀ ਆਈ। ਅੱਖ ਕਾਸ਼ਮੀ ਦੂਜਾ ਰਾਤ ਦੇ ਨੀਂਦਰ ਨੇ ਮਾਰਿਆ ਪੈਰੀ ਨਾ ਪੂਰੀ ਹਰ ਛੁਪਾਵਾਂ ਕਿਵੇਂ ਕਜਲਾਵੇ ਪੰਜਾਬ ਦੀ ਕੋਇਲ ਨਾਲ ਮਸ਼ਹੂਰ ਸੁਰਿੰਦਰ ਕੌਰ ਪੰਜਾਬੀਆਂ ਦੀ ਅਜਿਹੀ ਗਾਇਕਾ ਹੈ ਜਿਹੜੀ ਹਰ ਕਿਸੇ ਨੂੰ ਆਪਣੀ ਦਾਦੀ ਜਾਂ ਨਾਨੀ ਵਰਗੀ ਲੱਗਦੀ ਹੈ। ਬੇਸ਼ੱਕ ਉਹਨਾਂ ਨੇ ਅਨੇਕਾਂ ਗਾਇਕਾਂ ਨਾਲ ਰਲ ਕੇ ਦੋ ਗਾਣੇ ਗਾਏ ਹਨ, ਪਰ ਪੰਜਾਬੀ ਲੋਕ ਗੀਤ ਉਹਨਾਂ ਰੂਹ ਨਾਲ ਗਾਏ ਹਨ। ਸੁਰਿੰਦਰ ਕੌਰ ਬਾਰੇ ਚਰਚਾ ਕਰਨ ਵਾਲੇ ਅਕਸਰ ਇਹ ਕਹਿੰਦੇ ਹਨ ਕਿ ਉਸਨੇ ਜੋ ਦੁਗਾਣੇ ਪੰਜਾਬੀ ਗਾਇਕਾਂ ਨਾਲ ਗਾਏ ਹਨ ਉਹ ਉਸਦੀ ਸ਼ਖਸੀਅਤ ਦੇ ਮਿਆਰ ਦੇ ਨਹੀਂ ਹਨ। ਪਰ ਅਜਿਹੇ ਵਿਸ਼ਲੇਸ਼ਕਾਂ ਨੂੰ ਇਹ ਗੱਲ ਧਿਆਨ ਰੱਖਣੀ ਚਾਹੀਦੀ ਹੈ ਕਿ ਅਜਿਹੇ ਦੋ ਗਾਣੇ ਗਾ ਕੇ ਉਹ ਪੇਂਡੂ ਪੰਜਾਬੀ ਸਰੋਤਿਆਂ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਰਹੀ, ਨਹੀਂ ਤਾਂ ਉਸ ਦੇ ਉੱਚ ਮਿਆਰੀ ਗੀਤ ਇੱਕ ਖਾਸ ਵਰਗ ਦੇ ਬਣ ਕੇ ਹੀ ਰਹਿ ਜਾਣੇ ਸੀ। ਦੋਵੇਂ ਕਿਸਮ ਦੇ ਗੀਤ ਗਾ ਕੇ ਹੀ ਸੁਰਿੰਦਰ ਕੌਰ ਪੰਜਾਬ ਦੇ ਹਰ ਵਰਗ ਦੇ ਸਰੋਤਿਆਂ ਵਿੱਚ ਮਕਬੂਲ ਚੜੀ ਹੋਈ ਹੈ। ਇਹੀ ਗੀਤ ਉਸਦੀ ਪੇਂਡੂ ਰਹਿਤਲ ਨਾਲ ਸਾਂਝਦਾਰੀ ਦਾ ਕਾਰਨ ਬਣੇ। ਭਾਈ ਵੇ ਕਲੀ ਵਾਲਿਆ ਮੇਰੇ ਪਾਂਡੇ ਕਲੀ ਕਰ ਜਾ, ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁਣ ਮੈਂ ਸੁਣੀ ਹਾਂ, ਸੁਣ ਮੈਂ ਸੁਣੀ ਹਾਂ। ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ, ਆਖਿਆ ਜਾਂਦਾ ਹੈ ਕਿ ਸੁਰਿੰਦਰ ਕੌਰ ਨੇ 3000 ਦੇ ਕਰੀਬ ਗੀਤ ਗਾਏ ਹਨ, ਪਰ ਉਹਨਾਂ ਵੱਲੋਂ ਗਾਏ ਗਏ ਗੀਤਾਂ ਦੀ ਗਿਣਤੀ ਕਦੇ ਨਹੀਂ ਕੀਤੀ ਜਾ ਸਕੇਗੀ। ਸੁਰਿੰਦਰ ਕੌਰ ਵੱਲੋਂ ਗਾਏ ਗੀਤ ਇੰਨੇ ਜ਼ਿਆਦਾ ਹਨ ਕਿ ਸ਼ਾਇਦ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਸਹੀ ਗਿਣਤੀ ਨਹੀਂ ਜਾਣਦੇ ਹੋਣਗੇ। ਅਸੀਂ ਪੰਜਾਬੀ ਲੋਕ ਉਹਨਾਂ ਨੂੰ ਇੱਕ ਪੰਜਾਬੀ ਗਾਇਕਾ ਵਜੋਂ ਹੀ ਜਾਣਦੇ ਹਾਂ, ਪਰ ਉਹਨਾਂ ਦੇ ਦਰਜਨਾਂ ਹਿੰਦੀ ਗੀਤ ਵੀ ਰਿਕਾਰਡ ਕਰਵਾਏ ਹਨ। ਉਹਨਾਂ ਤਕਰੀਬਨ 35 ਹਿੰਦੀ ਫਿਲਮਾਂ ਵਿੱਚ ਪਲੇਅਬੈਕ ਸਿੰਗਰ ਦੇ ਤੌਰ ਤੇ ਵੀ ਗਾਇਆ ਹੈ। ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ, ਉਹ ਦਰਦ ਭਰੇ ਆਸੂ ਆਖੋਂ ਮੇ ਲਾਣਾ। ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ, ਉਹ ਦਰਦ ਭਰੇ ਆਸੂ ਆਖੋਂ ਮੇ ਲਾਣਾ। ਸੁਰਿੰਦਰ ਕੌਰ ਦੇ ਗਾਏ ਧਾਰਮਿਕ ਗੀਤ ਵੀ ਬਹੁਤ ਪਿਆਰੇ ਹਨ, ਜਿਨ੍ਹਾਂ ਵਿੱਚੋਂ ਕੁਝ ਗੀਤਾਂ ਦੀ ਝਲਕ ਸੁਣੋ। ਮੱਛੀ ਵਾਲੇ ਵਿੱਚੇ ਬੈਠਾ ਸ਼ਹਿਨਸ਼ਾਹ ਜਹਾਨ ਦਾ, ਹੱਥ ਵਿੱਚ ਖੰਡਾ ਪਿੱਛੇ ਟਾਸਣਾ ਕਮਾਨ ਦਾ। ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ। ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ,
ਫੁੱਲਾਂ ਨਾਲ ਕੁੰਦੋ ਲੜੀ ਹੀਰਿਆਂ ਦੇ ਹਾਰ ਦੀ। ਕਿੱਥੇ ਮਾਤਾ ਤੋਰਿਆ ਏ ਅਜੀਤ ਤੇ ਜੁਝਾਰ ਨੂੰ, ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ। ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ। ਇਨਾ ਹੀ ਨਹੀਂ, ਸੁਰਿੰਦਰ ਕੌਰ ਰੰਗਮੰਚ ਦੀ ਕਲਾਕਾਰ ਵੀ ਸੀ। ਉਸਨੇ ਕੁਝ ਨਾਟਕਾਂ ਅਤੇ ਡਰਾਮਿਆਂ ਵਿੱਚ ਸਟੇਜ ਤੇ ਰੋਲ ਅਦਾ ਕੀਤੇ। ਪੰਜਾਬੀ, ਹਿੰਦੀ, ਉਰਦੂ ਤੋਂ ਇਲਾਵਾ ਉਹਨਾਂ ਨੇ ਹੋਰ ਕਈ ਭਾਸ਼ਾਵਾਂ ਵਿੱਚ ਸੌਂਗ ਦੇ ਤੌਰ ਤੇ ਗਾਇਆ। ਉਹਨਾਂ ਤੋਂ ਇੱਕ ਚੀਨੀ ਗੀਤ ਦੇ ਬੋਲ ਸੁਣੋ। ਜੇ ਤੁਹਾਨੂੰ ਇਸ ਗੀਤ ਦੀ ਸਮਝ ਆਵੇ ਤਾਂ ਸਾਨੂੰ ਵੀ ਦੱਸਿਓ। ਸੁਰਿੰਦਰ ਕੌਰ ਨੇ ਸਾਰੀ ਉਮਰ ਪੰਜਾਬੀ ਲੋਕ ਗਾਇਕੀ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ। ਉਹਨਾਂ ਦਾ ਮੰਨਣਾ ਹੈ ਕਿ ਗਾਉਣਾ ਵਜਾਉਣਾ ਇੱਕ ਤਪੱਸਿਆ ਹੈ। ਗਾਣਾ ਵਜਾਉਣਾ ਵੈਸੇ ਤਪੱਸਿਆ ਹੈ। ਸੁਰਿੰਦਰ ਕੌਰ ਪਹਿਲਾਂ ਹਿੰਦੀ ਗੀਤ ਅਤੇ ਗਜ਼ਲਾਂ ਹੀ ਗਾਉਂਦੀ ਸੀ। ਫਿਰ ਉਸਨੇ ਟੀਚਾ ਮਿੱਥ ਲਿਆ ਕਿ ਮੈਂ ਸਿਰਫ ਪੰਜਾਬੀ ਗਾਵਾਂਗੀ। ਸੂਏ ਵਿਚੀਰੇ ਵਾਲਿਆ ਮੈਂ ਕਹਿਨੀਆਂ, ਕਰ ਛਤਰੀ ਦੀ ਛਾਂ ਛਾਵੇਂ ਬਹਿਨੀਆਂ, ਕਰ ਛਤਰੀ ਦੀ ਛਾਂ ਛਾਵੇਂ ਬਹਿਨੀਆਂ। ਇਹ ਵੀ ਸੱਚਾਈ ਹੈ ਕਿ ਜੇ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਪੈਣਾ ਪੰਜਾਬੀ ਲੋਕ ਗੀਤ ਰਿਕਾਰਡ ਨਾ ਕਰਵਾਉਂਦੀਆਂ ਤਾਂ ਹੁਣ ਤੱਕ ਬਹੁਤ ਗੀਤ ਅਤੇ ਉਹਨਾਂ ਦੀਆਂ ਧੁਨਾਂ ਗੁਆਚ ਚੁੱਕੀਆਂ ਹੋਣੀਆਂ ਸਨ। ਇਸ ਉੱਤਮ ਕਾਰਜ ਲਈ ਪੰਜਾਬੀ ਸਮਾਜ ਇਹਨਾਂ ਪੈਣਾ ਦਾ ਸਦਾ ਰਿਣੀ ਰਹੇਗਾ। ਇਸ ਮਹਾਨ ਗਾਇਕਾ ਦਾ ਜਨਮ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ। ਆਪਣੇ ਭੈਣ ਭਰਾਵਾਂ ਵਿੱਚੋਂ ਸੁਰਿੰਦਰ ਕੌਰ ਚੌਥੇ ਥਾਂ ਤੇ ਸੀ। ਮੋਹਿੰਦਰ ਕੌਰ, ਮਨਜੀਤ ਕੌਰ ਤੇ ਨਰਿੰਦਰ ਕੌਰ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕਾ ਪ੍ਰਕਾਸ਼ ਕੌਰ ਇਹਨਾਂ ਤੋਂ ਵੱਡੀ ਸੀ। ਸੁਰਿੰਦਰ ਕੌਰ ਆਪਣੀ ਵੱਡੀ ਭੈਣ ਦੀ ਇੱਕ ਯਾਦ ਸਾਂਝੀ ਕਰਦੀ ਹੈ। ਕਈਆਂ ਦਾ ਗਾਣਾ ਮੇਰੀ ਬੜੀ ਭੈਣ ਪ੍ਰਕਾਸ਼ ਜੀ, ਉਨਕੋ ਹਮੇਸ਼ਾ ਚੰਚਲ ਗਾਣੇ ਅੱਛੇ ਲਗਤੇ ਥੇ। ਏਕ ਬਾਰ ਕਾ ਜ਼ਿਕਰ ਮੈਂ ਬਤਾਊਂ, ਬੜਾ ਇੰਟਰਸਟਿੰਗ ਹੈ। ਉਨਕੋ ਲਾਸਟ ਮੇਂ ਪਾਓ ਮੇਂ ਦਰਦ ਸ਼ੁਰੂ ਹੋ ਗਈ, ਅਟੈਕ ਥਾ ਗਾਊਟ ਕਾ, ਦਰਦੋਂ ਕਾ, ਤੋ ਚਲਾ ਜਾ ਨਹੀਂ ਰਹਾ। ਅਬ ਸਟੇਜ ਪੇ ਗਏ ਪ੍ਰੋਗਰਾਮ ਕੇ ਲੀਏ, ਤੋ ਵਹਾਂ ਜਾ ਕੇ ਗਾ ਰਹੀ ਹਾਂ, ਅੱਡੀ ਮਾਰ ਕੇ ਗੱਡੀ ਦਾ ਪਹੀਆ ਪੰਨਿਆ, ਚਾਹ ਮੁਕਲਾਵੇ ਸਭ, ਮੈਂ ਚਲਾ ਜਾ ਨਹੀਂ ਰਹਾ ਆਪਸੇ, ਔਰ ਗਾ ਰਹੀ ਹਾਂ ਐਸਾ ਗਾਣਾ। ਅੱਡੀ ਮਾਰ ਕੇ, ਅੱਡੀ ਮਾਰ ਕੇ ਗੱਡੀ ਦਾ ਪਹੀਆ ਪੰਨਿਆ, ਕੇ ਚਾਹ ਮੁਕਲਾਵੇ ਦਾ, ਅੱਡੀ ਮਾਰ ਕੇ ਗੱਡੀ ਦਾ ਪਹੀਆ ਪੰਨਿਆ, ਕੇ ਚਾਹ ਮੁਕਲਾਵੇ ਦਾ। ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਭੈਣਾਂ ਦੀ ਜੋੜੀ ਰੱਬ ਨੇ ਆਪ ਪੰਜਾਬੀ ਗੀਤਾਂ ਨੂੰ ਸਾਂਭਣ ਲਈ ਧਰਤੀ ਤੇ ਭੇਜੀ ਸੀ। ਸੂਫੀ ਕਵੀ ਹੰਸ ਰਾਜ ਹੰਸ ਨੇ ਸੁਰਿੰਦਰ ਕੌਰ ਨੂੰ ਪੰਜਾਬੀ ਗੀਤਾਂ ਦੀ ਮਾਂ ਆਖਿਆ ਹੈ। ਜਿਨ੍ਹਾਂ ਨੂੰ ਪੰਜਾਬ ਦੀ ਕੋਇਲ ਵੀ ਕਿਹਾ ਜਾਂਦਾ ਹੈ, ਮੈਂ ਤਾਂ ਉਹਨਾਂ ਨੂੰ ਕਵਾਂਗਾ ਕਿ ਉਹ ਪੰਜਾਬੀ ਗੀਤਾਂ ਦੀ ਮਾਂ ਹੈ। ਸ਼ੁਰੂ ਵਿੱਚ ਇਹ ਭੈਣਾਂ ਵਿਆਹ ਵਾਲੇ ਘਰਾਂ ਵਿੱਚ ਗੀਤ ਵਗੈਰਾ ਗਾਉਣ ਚਲੀਆਂ ਜਾਂਦੀਆਂ ਸਨ। ਇਹਨਾਂ ਦੀ ਆਵਾਜ਼ ਮਿਲਦੀ ਅਤੇ ਮਿੱਠੀ ਹੋਣ ਕਰਕੇ ਗਲੀ ਗੁਆਂਢ ਵਿੱਚ ਇਹਨਾਂ ਦੀ ਮੰਗ ਰਹਿੰਦੀ ਸੀ। ਸ਼ੁਰੂ ਵਿੱਚ ਸੁਰਿੰਦਰ ਕੌਰ ਦੇ ਮਾਂ ਬਾਪ ਉਸ ਦੇ ਗਾਇਕੀ ਖੇਤਰ ਵਿੱਚ ਜਾਣ ਦੇ ਹੱਕ ਵਿੱਚ ਨਹੀਂ ਸਨ, ਪਰ ਵੱਡੀ ਭੈਣ ਪ੍ਰਕਾਸ਼ ਕੌਰ ਦੀ ਹੱਲਾਸ਼ੇਰੀ ਨਾਲ ਉਹ ਇਸ ਖੇਤਰ ਵਿੱਚ ਆਈ।
उसने संगीत दी सिख्या बाकायदा उस्ताद अनायत हुसैन नियाजी, अबुदुल रहमान खान, सतीश पाटिया, कुंदल लाल कोश, सुरिंदर सोनी, मणि प्रकाश अते राम शरण जी तो लई। लोक गीतां तो इलावा उस साश्तरी संगीत दी भी प्रवीण गायिका सी। इसे कारण जदो सिख पंथ गुरु नानक साहिब जी दा 500 साला प्रकाश पुरब मना रहा सी ता दिल्ली गुरुद्वारा प्रबंधक कमेटी ने सुरिंदर कौर तो गुरु नानक साहिब जी दे शब्द निर्धारित रागा विच रिकॉर्ड करवा के सांभले सन जो अज भी कौम दा उत्तम सरमाया हन। जैसी मैं आवे खसम की बाणी तैसणा करी सुरिंदर कौर अजे 14 साल दी सी जदो 1943 विच उसनू पहली बार लाहौर रेडियो तो गाउन दा मौका मिल गया। असल विच ओ दो बच्चियां दे एक प्रोग्राम लई गाउन वास्ते गई सी पर रेडियो स्टेशन वालियां उसदी लियाकत अते आवाज नू समझ के जनरल गायका विच शामिल कर लिया। इसे साल दी 31 अगस्त नू HMV ने दोहां पैणा दी आवाज विच पहला गीत मावां ते तिया रल बैठिया नी माए रिकॉर्ड करिया। मावां ते तिया रल बैठिया नी माए कोई करदियां गल्लाड़ियां। ए गीत अज तक उसे ही रूप विच ताजो तर है। नी कणका लम्मियां तिया क्यों जम्मियां नी माए। सुरिंदर कौर अजे गायकी पेड़ विच शुरुआत ही सी जदो 1947 विच देश दी वंड कारण सुरिंदर कौर नू परिवार समेत चढ़दे पंजाब आउणा पिया। इन्हां दा परिवार पहला फिरोजपुर अते बाद विच दिल्ली जाके रहण लग पिया। दिल्ली विच ही सुरिंदर कौर दा विआह गुजरांवाला तो चढ़दे पंजाब आए परिवार दे सरदार जोगिंदर सिंह सोडी नाल 29 जनवरी 1948 विच होया। जोगिंदर सिंह सोडी इथे एक कॉलेज विच साइकोलॉजी दे प्रोफेसर सन। इन्हां ने सुरिंदर कौर दी गायकी नू अग्गे लियाज विच बहुत मदद कीती। इसे साल ही ओ अपने संगीत उस्ताद दे बुलावे ते बम्बे चली गई जिथे उसने 3 दर्जन दे करीब हिंदी फिल्मां दे गीतां विच अपनी आवाज दित्ती। आपदे घर 3 लड़कियां ने जन्म लिया जिन्हां विचों वड्डी रुपिंदर कौर है जो डॉली गुलेरिया दे नाम ते पंजाबी दी नामवर गायिका है। डॉली गुलेरिया दी ती सुनैनी शर्मा अते सुनैनी शर्मा दी ती रिया तीनों पीढ़ियां पंजाबी गायकी विच अपनी पछाण रखदियां हन अते सुरिंदर कौर दे विरसे दियां वारस बनियां हन। सुरिंदर कौर ने अपनी ती डॉली गुलेरिया ते मान करदिया आख्या सी कि मेरी ए ती मेरा नाम रोशन करेगी। डॉली गुलेरिया हुन अपनी मां दिया आसां दे पूरी तरह खरी उतर रही है। ये मेरी लड़की है बड़ी, मेरे बाद शायद यही मेरा नाम रोशन करेगी और इसके साथ इसकी लड़की बैठी हुई है। ये गीत का सीक्वेंस भी क्या इंटरेस्टिंग है। डॉली गुलेरिया जिथे वधिया गायिका है उथे उसकी साहित्यकारी भी कमाल दी है। अपने गायकी विरसे ते लिखी उसकी किताब वगदे पानिया दा संगीत उत्तम साहित्यकारी दा नमूना है। सुरिंदर कौर अपनी कामयाबी दा शेरा अपने पति नू दिंदी सी। उना दा कहना सी, उसके बाद मैंने खुद बहुत सी कंपोजिशन बनाई है। सिलेक्शन तो मेरी अपनी थी, मेरे शादी के बाद
सबसे बड़ा जो हाथ है मेरे गाने बजाने में अच्छी सिलेक्शन का मेरे पति का है। उनको बहुत शौक था अच्छी लिटरेचर पढ़ने का भी, और वो सिलेक्शन करके देते थे। उनके जाने के बाद मुझे बहुत दुख है कि कई बार मैं घबरा भी जाती हूँ कि ये मेरे को सिलेक्शन करने वाला अब कोई नहीं, अपने आप कई बार नहीं अच्छा लगता। इतने इतने ढेरों गीत आते हैं मेरे पास, तो समझ ही नहीं आती कि ये गाने चाहिए कि नहीं गाने चाहिए। वो मुझे बताते थे, सही रास्ता दिखाते थे। मैं तो कहती हूँ मेरी जिंदगी में सबसे बड़ा मेरे म्यूजिक को उठाने वाली वो थी। सुरिंदर कौर अपने पति सरदार जोगिंदर सिंह दी एक याद सांझी करदी होई दसदी है। एक मैं शादी के प्रोग्राम ते नहीं सा जांदी, किसी ने मैंने बुक किया प्रोग्राम ते शादी दा, सिर्फ मैंने नहीं सी पता वो शादी दा। मैं अगे गई थी उत्थे शादी ते, मैं आख्या मैं ते नहीं गावांगी, तो ऑर्गेनाइजर बेचारा घबरा गया, कहिंदा हुण ते मेरी इज्जत दा सवाल है, तुहानूं गाणा पएगा। मैं गा ते उत्थे गाणा ते फिर गाण लग्या ते बंदा उस वेले जोश च हुंदा ना, ਨਾਲੇ ਜਵਾਨੀ ਦਾ ਜੋਸ਼ ਆਉਂਦੀ ਚੰਗਾ ਹੁੰਦਾ ਜ਼ਰਾ। ਜਿਸ ਵੇਲੇ ਗਾਈ ਮੈਂ, ਮੇਰੀ ਫੀਸ ਤੋਂ ਕਿ ਹਰੇ 8 ਗੁਣਾ 10 ਗੁਣਾ ਜ਼ਿਆਦਾ ਉੱਤੋਂ ਇਨਾਮ ਹੋ ਗਿਆ। ਮੈਂ ਤਾਂ ਘਬਰਾ ਗਈ, ਇੰਨੇ ਪੈਸੇ ਲੈ ਕੇ ਘਰ ਗਈ ਅਤੇ ਸ਼ਾਦੀ ਦਾ ਪ੍ਰੋਗਰਾਮ, ਇਹ ਤਾਂ ਘਰ ਪੌੜਾ ਪੈ ਜਾਣਾ। ਸਾਰਾ ਰਾਹ ਮੈਂ ਨੌਕਰ ਨੂੰ ਸਮਝਾਉਂਦੀ ਗਈ ਘਰ ਜਾ ਕੇ, ਸਰਦਾਰ ਜੀ ਨੂੰ ਕੋਈ ਨਹੀਂ ਕਹਿਣਾ। ਉਹ ਬੇਈਮਾਨ ਉੱਤੇ ਗੱਡੀ ਉਹਨਾਂ ਦੀ ਖਲੋਤੀ ਭੱਜ ਕੇ ਗਿਆ, ਕਹਿੰਦਾ ਸਰਦਾਰ ਜੀ ਮੇਰੀ ਜੀ ਸ਼ਾਦੀ ਕਾ ਪ੍ਰੋਗਰਾਮ ਕਰਕੇ ਆਏ। ਆ ਕੇ ਬੜੇ ਗੁੱਸੇ 'ਚ, ਸ਼ਾਦੀ ਦਾ ਪ੍ਰੋਗਰਾਮ ਕਰਕੇ ਆਈ, ਮੈਂ ਕਿਹਾ ਕਰਕੇ ਤਾਂ ਮੈਂ ਸ਼ਾਦੀ ਦਾ ਹੀ ਆਈ ਹਾਂ, ਮੈਂ ਉਹਨਾਂ ਨਾਲ ਕੋਈ ਝੂਠ ਨਹੀਂ ਸੰਭੋਲਦੀ। ਉਹਨਾਂ ਨੂੰ ਐਕਚੁਅਲੀ ਲੱਗਦਾ ਸੀ ਕਿ ਸ਼ਾਦੀ ਦੇ ਵਿੱਚ ਥੋੜ੍ਹਾ ਜਿਹਾ ਹਰੇ ਕੰਮ ਕੋਈ ਗਲਤ ਹੁੰਦਾ, ਅਤੇ ਇਸ ਕਰਕੇ ਉਹ ਮੈਨੂੰ ਅਲਾਓ ਨਹੀਂ ਸਨ ਕਰਦੇ। ਇੱਕ ਸ਼ਾਦੀ ਸੀ ਅਤੇ ਉਹ ਉੱਥੇ ਵੀ ਇਨਵਾਈਟਿਡ ਸਨ, ਅਤੇ ਮੇਰਾ ਉੱਥੇ ਪ੍ਰੋਗਰਾਮ ਸੀ। ਕਹਿੰਦੇ ਨੇ ਮੈਂ ਨਹੀਂ ਜਾਵਾਂਗਾ ਉਸ ਸ਼ਾਦੀ ਦੇ ਪ੍ਰੋਗਰਾਮ 'ਤੇ ਜਿੱਥੇ ਤੂੰ ਪ੍ਰੋਗਰਾਮ ਕਰੇ, ਅਤੇ ਮੈਂ ਉੱਥੇ ਆਡੀਅੰਸ 'ਚ ਮੈਂ ਨਹੀਂ ਜਾਵਾਂਗਾ। ਮੈਂ ਇੱਕ ਵਾਰ ਵੇਖ ਲਓ ਕਿ ਮੇਰਾ ਇਸ ਪ੍ਰੈਜੈਂਟੇਸ਼ਨ ਕਿਹੋ ਜਿਹੀ ਹੁੰਦੀ ਹੈ। ਮੈਂ ਤਾਂ ਸਿਰਫ ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਆਨੰਦ, ਨੂਰਪੁਰੀ ਜਾਂ ਲੋਕ ਗੀਤ ਇਹੋ ਜਿਹੇ ਗਾਣੇ ਹੁੰਦੇ ਸੀ, ਮੇਰੇ ਸਭਿਅਤਾ ਤੋਂ ਬਾਹਰ ਕੋਈ ਚੀਜ਼ ਨਹੀਂ ਹੁੰਦੀ ਸੀ। ਉਸ ਵੇਲੇ ਫਿਰ ਵੇਖਿਆ ਇਹਨਾਂ ਨੇ, ਆਡੀਅੰਸ ਨੇ ਬੜਾ ਇੱਜ਼ਤ ਮਾਨ ਦਿੱਤਾ, ਫਿਰ ਕਹਿੰਦੇ ਅੱਛਾ ਜੇ ਤੇਰਾ ਦਿਲ ਕਰਦਾ ਤਾਂ ਗਾ ਲੈ ਫਿਰ। 1975 ਵਿੱਚ ਸੁਰਿੰਦਰ ਕੌਰ ਦੇ ਪਤੀ ਸਰਦਾਰ ਜੋਗਿੰਦਰ ਸਿੰਘ ਦਾ ਦੇਹਾਂਤ ਹੋ ਗਿਆ, ਜਿਸ ਦਾ ਇਸ ਕੋਮਲ ਦਿਲ ਗਾਇਕਾ ਤੇ ਡੂੰਘਾ ਅਸਰ ਹੋਇਆ। ਉਹ ਸਦਾ ਲਈ ਗੰਭੀਰ ਹੋ ਗਈ। ਬੇਸ਼ੱਕ ਉਸ ਤੋਂ ਬਾਅਦ ਵੀ ਸੁਰਿੰਦਰ ਕੌਰ ਨੇ ਬਹੁਤ ਗਾਇਆ ਹੈ, ਇਹ ਗੰਭੀਰਤਾ ਉਸ ਦੇ ਚਿਹਰੇ ਤੇ ਪੱਕੇ ਤੌਰ ਤੇ ਛਾਈ ਰਹੀ। ਉਸਨੇ ਆਪ ਗੀਤਾਂ ਦੀ ਸਿਰਜਣਾ ਨਹੀਂ ਕੀਤੀ, ਪਰ ਆਪਣੇ ਪਤੀ ਦੀ ਯਾਦ ਵਿੱਚ ਉਸਨੇ ਆਪ ਗੀਤ ਲਿਖ ਕੇ ਗਾਇਆ, ਜਿਹੜਾ ਦਿਲਾਂ ਨੂੰ ਤੂੰ ਪਾਉਣ ਵਾਲਾ ਹੈ। ਗੀਤ ਦੇ ਬੋਲ ਹਨ, ਨੀ ਮੈਂ ਜਾਣਾ ਰੱਬ ਦੇ ਕੋਲ। ਮੈਨੂੰ
ਜਸਵਿੰਦਰ ਕੌਰ ਦੀ ਆਵਾਜ਼ ਦਾ ਆਸਾ ਸਿੰਘ ਮਸਤਾਨਾ ਜੀ ਨਾਲ ਮੇਲ ਸੀ ਅਤੇ ਇਹਨਾਂ ਦੋਵਾਂ ਦੀ ਗਾਇਕੀ ਦਾ ਸੁਭਾਅ ਇੱਕੋ ਜਿਹਾ ਹੋਣ ਕਰਕੇ ਇਹਨਾਂ ਦੇ ਅਨੇਕਾਂ ਗੀਤ ਪ੍ਰਸਿੱਧ ਹੋਏ। ਇਹਨਾਂ ਜ਼ੁਲਫਾਂ ਨੂੰ ਸੋਚੇਂਗੀ ਕਟਾਵਾਂ ਕੌਣ ਕਹਿੰਦਾ ਸੀ। ਆਸਾ ਸਿੰਘ ਮਸਤਾਨਾ ਤੋਂ ਬਿਨਾਂ ਸੁਰਿੰਦਰ ਕੌਰ, ਮੁਹੰਮਦ ਸਦੀਕ, ਦੀਦਾਰ ਸੰਧੂ, ਹਰਚਰਨ ਗਰੇਵਾਲ, ਜਗਜੀਤ ਸਿੰਘ ਜੀਰਵੀ, ਕਰਨੈਲ ਗਿੱਲ, ਸਤੀਸ਼ ਪਾਟੀਆ, ਕੇਐਲ ਅਗਨੀਹੋਤਰੀ, ਸੁਰਜੀਤ ਸਿੰਘ ਲੱਡਾ, ਏਐਸ ਕੰਗ, ਸੁਰਿੰਦਰ ਕੋਹਲੀ, ਤਿਰਲੋਕ ਕਪੂਰ, ਵਿਦਿਆ ਨਾਥ ਸੇਠ, ਰਮੇਸ਼ ਰੰਗੀਲਾ, ਸਾਬਰ ਹੁਸੈਨ ਸਾਬਰ, ਗੁਰਮੇਲ ਪੰਛੀ, ਕਰਮ ਜਲੰਧਰੀ, ਬੀਐਸ ਬੱਲੀ, ਸੁਰਜੀਤ ਸਿੰਘ ਰਾਹੀ, ਰਚਪਾਲ ਸਿੰਘ ਪਾਲ ਆਦਿ ਹੋਰ ਕਈ ਗਾਇਕਾਂ ਨਾਲ ਗੀਤ ਰਿਕਾਰਡ ਕਰਵਾਏ। ਸੁਰਿੰਦਰ ਕੌਰ ਦਾ ਕਹਿਣਾ ਹੈ, ਜੇ ਮੇਰੇ ਕੋਲ ਸੰਗੀਤ ਨਾ ਹੁੰਦਾ, ਇੱਕ ਆਮ ਘਰੇਲੂ ਔਰਤ ਹੁੰਦੀ। ਸੰਗੀਤ ਨਾ ਹੁੰਦਾ ਮੇਰੇ ਕੋਲ ਤੇ ਕੁਝ ਵੀ ਨਾ ਹੁੰਦਾ ਮੇਰਾ। ਪਤਾ ਨਹੀਂ ਮੈਂ ਵੀ ਘਰ ਦੇ ਕੰਮ ਹੀ ਕਰਦੀ ਹੁੰਦੀ, ਬੱਚੇ ਸਾਂਭਦੀ ਹੁੰਦੀ ਜਾਂ ਉਹਨਾਂ ਦੇ ਬੱਚਿਆਂ ਦੇ ਬੱਚੇ ਸਾਂਭਦੀ ਹੁੰਦੀ। ਅਜੀਤ ਸਿੰਘ ਰੰਗੀਲਾ ਜੱਟ ਨੂੰ ਸੁਰਿੰਦਰ ਕੌਰ ਨੇ ਹੀ ਗਾਇਕੀ ਦੇ ਖੇਤਰ ਵਿੱਚ ਲਿਆਂਦਾ ਸੀ। ਇਸ ਤੋਂ ਇਲਾਵਾ ਆਪਣੀ ਭੈਣ ਨਰਿੰਦਰ ਕੌਰ ਨਾਲ ਵੀ ਉਸਨੇ ਕਾਫੀ ਗਾਇਆ ਹੈ। ਆਪਣੀ ਗਾਇਕੀ ਦੇ ਸਿਰ ਤੇ ਹੀ ਸੁਰਿੰਦਰ ਕੌਰ ਨੇ ਕੋਈ ਇੱਕ ਦਰਜਨ ਦੇਸ਼ਾਂ ਵਿੱਚ ਪੰਜਾਬੀ ਗਾਇਕੀ ਦਾ ਰੰਗ ਪੇਸ਼ ਕੀਤਾ। ਆ ਗਿਆ ਬਣਜਾਰਾ ਨੀ ਚੜਾ ਲੈ ਪਾਪੀ ਚੂੜੀਆਂ, ਸਾਡਾ ਡਾ ਪਾਰਾ ਦੁਰਾਵੇ ਤੇਰੇ ਵੀਰ ਦਾ। ਸੁਰਿੰਦਰ ਕੌਰ ਨੂੰ ਆਪਣੀ ਗਾਇਕੀ ਦੇ ਬਲ ਤੇ ਬਹੁਤ ਸਾਰੇ ਮਾਣ ਸਨਮਾਨ ਮਿਲੇ। ਸੰਨ 2002 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਉਸ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਦਿੱਤੀ। ਸੰਨ 2000 ਵਿੱਚ ਭਾਰਤੀ ਸੰਗੀਤ ਤੇ ਨਾਟਕ ਅਕੈਡਮੀ ਨੇ ਉਸ ਦਾ ਪੰਜਾਬੀ ਲੋਕ ਸੰਗੀਤ ਲਈ ਸਨਮਾਨ ਕੀਤਾ। ਇਸ ਤੋਂ ਇਲਾਵਾ 1984 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਨੈਸ਼ਨਲ ਐਵਾਰਡ, ਭਾਸ਼ਾ ਵਿਭਾਗ ਪੰਜਾਬ ਵੱਲੋਂ 75ਵੇਂ ਜਨਮ ਦਿਨ ਤੇ ਵਿਸ਼ੇਸ਼ ਸਨਮਾਨ, ਜਲੰਧਰ ਦੂਰਦਰਸ਼ਨ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਵ ਭਾਰਤੀ ਕਾਨਫਰੰਸ ਵਿੱਚ ਪੂਰੇ ਪਰਵ ਸਨਮਾਨ ਕੀਤਾ ਗਿਆ। ਸੰਨ 29 ਮਾਰਚ 2006 ਵਿੱਚ ਉਸ ਨੂੰ ਭਾਰਤ ਦੇ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਆਜ਼ਾਦ ਵੱਲੋਂ ਪਦਮ ਸ੍ਰੀ ਐਵਾਰਡ ਵੀ ਦਿੱਤਾ ਗਿਆ। ਸੁਰਿੰਦਰ ਕੌਰ ਨੂੰ ਪੰਜਾਬ ਦੀ ਮਿੱਟੀ ਨਾਲ ਮੋਹ ਸੀ। ਉਹ ਵੱਡੇ ਸ਼ਹਿਰਾਂ ਵਿੱਚ ਟਿਕਾਣੇ ਹੋਣ ਦੇ ਬਾਵਜੂਦ 2004 ਵਿੱਚ ਆਪਣੀ ਬੇਟੀ ਡੋਲੀ ਗੁਲੇਰੀਆ ਨਾਲ ਪੰਚਕੂਲਾ ਆਵਸੀ। ਉਸਨੇ ਜੀਰਤਪੁਰ ਵਿਖੇ ਵੀ ਘਰ ਬਣਾਇਆ, ਪਰ 22 ਦਸੰਬਰ 2005 ਨੂੰ ਹਾਰਟ ਅਟੈਕ ਦਾ ਦੌਰਾ ਪੈ ਗਿਆ, ਜਿਸ ਕਰਕੇ ਉਹਨਾਂ ਨੂੰ ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਸਿਹਤ ਦੀ ਖਰਾਬੀ ਸਦਕਾ 2006 ਵਿੱਚ ਉਸਨੂੰ ਇਲਾਜ ਲਈ ਅਮਰੀਕਾ ਵਿਖੇ ਰਹਿੰਦੀਆਂ ਆਪਣੀਆਂ ਧੀਆਂ ਕੋਲ ਜਾਣਾ ਪਿਆ, ਜਿੱਥੇ ਉਸਨੂੰ ਨਿਊ ਜਰਸੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਹਸਪਤਾਲ ਵਿੱਚ ਹੀ ਪੰਜਾਬ ਦੀ ਇਸ ਮਹਾਨ ਗਾਇਕਾ ਨੇ 15 ਜੂਨ 2006 ਨੂੰ ਆਖਰੀ ਸਾਹ ਲਿਆ।
ਜਾਣਾ ਰੱਬ ਦੇ ਕੋਲ ਨੀਂ ਜਾਣਾ ਰੱਬ ਦੇ ਕੋਲ। ਸੁਰਿੰਦਰ ਕੌਰ ਜਿਸਮਾਨੀ ਤੌਰ ਤੇ ਤਾਂ ਭਾਵੇਂ ਸਾਡੇ ਵਿੱਚ ਨਹੀਂ ਹਨ, ਪਰ ਉਹ ਪੰਜਾਬੀਆਂ ਦੇ ਚੇਤਿਆਂ ਵਿੱਚ ਸਦਾ ਲਈ ਜਿਉਂਦੀ ਰਹੇਗੀ। ਜੇ ਤੁਹਾਨੂੰ ਸਾਡੀ ਇਹ ਡਾਕੂਮੈਂਟਰੀ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਬਹੁਤ ਧੰਨਵਾਦ।